ਪ੍ਰਿੰਸੀਪਲ ਸਰਵੰਤ ਸਿੰਘ ਦੀ ਪੁਸਤਕ ਪੰਜਾਬ ਦੇ ਕੋਹੇਨੂਰ ਭਾਗ ਦੂਜਾ ਦਾ ਲੇਖ ਹੈ। ਟਾਕੀਆਂ ਵਾਲੇ ਚੋਲੇ ਵਾਲਾ ਡਾਕਟਰ ਹਰਭਜਨ ਸਿੰਘ ਕਵਿਤਾ ਦਾ ਛੱਲਾ ਮਾਰਦਾ ਸਰੋਵਰ ਸੀ। ਸੁਰੀਲੀ ਤੇ ਰਸੀਲੀ ਬੋਲਬਾਣੀ ਦਾ ਫੁੱਟ ਫੁੱਟ ਪੈਂਦਾ ਫਾਉਂਟੇਨ। ਜਿੰਨਾ ਵਧੀਆ ਉਹ ਕਵੀ ਸੀ ਓਨਾ ਹੀ ਵਧੀਆ ਬੁਲਾਰਾ ਸੀ। ਉਹਦੀ ਦੁੱਧ ਚਿੱਟੀ ਮੁਸਕਰਾਹਟ ਜਿਸ ਨੂੰ ਯਾਰ ਦੋਸਤ ਮਸਕੀਨੀ ਮੁਸਕਰਾਹਟ ਵੀ ਕਹਿੰਦੇ ਡਾਡੀ ਮਨ ਲੁਭਾਉਣੀ ਸੀ। ਉਹਦੀਆਂ ਮੁਤਾਬੀ ਵਾਂਗ ਜਗ ਦੀਆਂ ਅੱਖਾਂ ਦਾ ਜਲਵਾ ਛਲਿਆ ਨਹੀਂ ਸੀ ਜਾਂਦਾ। ਉਹਨਾਂ 'ਚ ਅਨੋਖੀ ਲਿਸ਼ਕ ਹੁੰਦੀ ਸੀ। ਜਦੋਂ ਵਜਦ ਚਾਉਂਦਾ ਤਾਂ ਉਹਦੇ ਮੂੰਹ 'ਤੇ ਮੱਦਮ ਪਈ ਮਾਤਾ ਦੇ ਦਾਗ ਤਾਰਿਆਂ ਹਾਰ ਝਿਲਮਲਾਉਣ ਲੱਗਦੇ। ਉਹਦੇ ਰਸੀਲੇ ਬੋਲ ਸ਼ਰਬਤ ਦੀਆਂ ਘੁੱਟਾਂ ਸਨ, ਦੁੱਧ ਦੇ ਛੱਟੇ ਸਨ। ਉਹਨੇ ਬਤੌਰ ਕਵੀ, ਅਲੋਚਕ, ਅਨੁਵਾਦਕ, ਅਧਿਆਪਕ, ਖੋਜਕਾਰ, ਨਿਗਰਾਨ ਤੇ ਗੋਸ਼ਟਿਕਾਰ ਵੱਜੋਂ ਨਾਮਣਾ ਵੀ ਖੂਬ ਘਟਿਆ। ਉਹ ਨੂੰ ਪੰਜਾਬੀ ਹਿੰਦੀ ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਬੋਲਣ ਚ ਅਬੂਰ ਹਸਨ ਸੀ ਉਹਦਾ ਲੱਛੇਦਾਰ ਭਾਸ਼ਣ ਸਰੋਤਿਆਂ ਤੇ ਟੂਣਾ ਕਰ ਦਿੰਦਾ ਸੀ ਕਿ ਆਮ ਕੀ ਖਾਸ ਸਭ ਕੀ ਲੈ ਜਾਂਦੇ ਸਨ ਉਹਦੀਆਂ ਦਲੀਲਾਂ ਨਾਲ ਉਹ ਸੁਣਨ ਵਾਲਿਆਂ ਨੂੰ ਆਪਣੀ ਵੇਗ ਚ ਵਹਾ ਲ ਜਾਂਦਾ ਸੀ ਅੰਗਰੇਜ਼ੀ ਪੜ੍ਹ ਕੇ ਹਿੰਦੀ ਪੜ੍ਹਾਉਣ ਤੇ ਪੰਜਾਬੀ ਚ ਲਿਖ ਕੇ ਉਰਦੂ ਵਾਲੀ ਅਦਾ ਨਾਲ ਗੱਲਾਂ ਕਰਨ ਵਾਲਾ ਉਹ ਇੱਕੋ ਇੱਕ ਪੰਜਾਬੀ ਵਿਦਵਾਨ ਹੋਇਆ ਉਹ ਪਹਿਲਾ ਕਲਰਕ ਉਹ ਪਹਿਲਾ ਕਲਰਕ ਫਿਰ ਹਿੰਦੀ ਅਧਿਆਪਕ ਤੋਂ ਹਿੰਦੀ ਦਾ ਲੈਕਚਰਾਰ ਫਿਰ ਪੰਜਾਬੀ ਦਾ ਪ੍ਰੋਫੈਸਰ ਤੇ ਆਧੁਨਿਕ ਭਾਰਤੀ ਪਸ਼ਾਵਾਂ ਵਿਭਾਗ ਦਿੱਲੀ ਯੂਨੀਵਰਸਿਟੀ ਦਾ ਮੁਖੀ ਬਣਿਆ ਉਹਨੇ میٹرਿਕ ਕਰਨ ਪਿੱਛੋਂ ਹਿੰਦੀ ਦੀ ਪਰਪਾਕਰ ਪੰਜਾਬੀ ਦੀ ਗਿਆਨੀ ਉਰਦੂ ਦੀ ਮੁਨਸੀ ਫਾਜ਼ਲ ਅੰਗਰੇਜ਼ੀ ਦੀ ਐਮਏ ਤੇ ਹਿੰਦੀ ਦੀ ਐਮਏ ਪੀਐਚਡੀ ਕੀਤੀ ਫਿਰ ਪੰਜਾਬੀ ਦੀ ਡੀਲੈਟ ਉਹ ਫਾਰਸੀ ਤੇ ਸੰਸਕ੍ਰਿਤ ਵੀ ਜਾਣਦਾ ਸੀ। ਉਹਦੀ ਪੇਸ਼ਕਾਰੀ ਕਮਾਲ ਦੀ ਸੀ। ਬੋਲਦਾ ਤਾਂ ਲਿਸ਼ਕ ਦੇ ਚਿਹਰੇ ਨਾਲ ਉਹਦੇ ਚਿੱਟੇ ਦੰਦ ਵੀ ਚਮਕਦੇ। ਅਗਮ ਨਿਗਮ ਦੀਆਂ ਗੱਲਾਂ ਦੀ ਪੇਸ਼ਕਾਰੀ ਦਾ ਉਹ ਅਗਮ ਅਗੋਚਰ ਵਿਦਵਾਨ ਸੀ। ਜੀਵਨ ਚਾਹਿਆਂ ਨੇ ਕੌਕੜਾ, ਮੁਸ਼ਕਲਾਂ ਤੇ ਦੁਸ਼ਵਾਰੀਆਂ ਨੂੰ ਉਹਨੇ ਸਿਰਜਣਾ ਦੇ ਦਰਿਆ 'ਚ ਪਰਵਾਹ ਦਿੱਤਾ। ਉਹ 18 ਅਗਸਤ 1919 ਤੋਂ 21 ਅਕਤੂਬਰ 2002 ਤੱਕ 83 ਸਾਲ 2 ਮਹੀਨੇ 3 ਦਿਨ ਜੀਵਿਆ। ਜਾਂਦਾ ਹੋਇਆ ਲਿਖ ਗਿਆ। ਮਾਨਸ ਜਨਮ ਦੁਬਾਰਾ ਪਾਵਾਂ ਏ ਸਹੀ ਦੇਸ਼ ਪੰਜਾਬ ਚਾਵਾਂ ਵੱਡੇ ਟੁੱਕੇ ਦੇਸ਼ 'ਚ ਵੱਡੇ ਟੁੱਕੇ ਘਰ ਵਿੱਚ ਵੱਡੀ ਟੁੱਕੀ ਜਾਤ ਦਾ ਮੈਂ ਅਖਵਾਵਾਂ ਬਿਰਛ ਨਿਪੱਤਰੇ ਤੇ ਚੰਦਰਾ ਪੰਛੀ ਉਹ ਯੋਗੀਤ ਵਗੋਚੇ ਦੇ گاਵਾਂ ਮਸਿਆ ਦਿਹਾੜੇ ਹਰ ਸਰ ਜਾਵਾਂ ਪੁੰਨਿਆਂ ਨੂੰ ਇਸ਼ਕ ਚਨਾ ਵਿੱਚ ਨਾਵਾਂ ਉਹਨੇ 1956 ਤੋਂ 2000 ਤੱਕ 18 ਕਾਵ ਸੰਗ੍ਰਹਿ ਰਚੇ ਲਾਸਾਂ 1956 چھਪਿਆ ریگستان ਦਾ ਲੱਕੜਹਾਰਾ 2000 ਚ 1961 ਤੋਂ 1991 ਤੱਕ ਸਮਿਖਿਆ ਦੀਆਂ 20 ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ 1960 ਤੋਂ 1972 ਤੱਕ 21 ਪੁਸਤਕਾਂ ਦਾ ਅਨੁਵਾਦ ਕੀਤਾ 1973 ਤੋਂ 1993 ਤੱਕ 11 ਕਿਤਾਬਾਂ ਸੰਪਾਦਿਤ ਕੀਤੀਆਂ 1980 ਤੋਂ 86 ਵਿਚਾਰ ਤਿੰਨ ਫੁੱਟਕਲ ਕਿਤਾਬਾਂ ਲਿਖੀਆਂ ਉਹਨੇ ਸਿਮਰਤੀਆਂ ਨਿਮਖ ਚਿਤਵੀਏ ਨਿਮਖ ਸਲਾਈਏ ਸਿਮਰ ਮਨਾਈ ਸਿਰਜਣਾ ਨਕਸ਼ ਨਵੇਰੇ ਤੇ ਹੋਰ ਕਾਲਮ ਵੀ ਵਰਿਆਂ ਬਧੇ ਲਿਖੇ। ਉਹਦੀਆਂ ਕੁੱਲ ਕਿਤਾਬਾਂ ਦੀ ਗਿਣਤੀ 73 ਹੈ। ਇਹਨਾਂ ਵਿੱਚੋਂ ਰਚਨਾ ਸ਼ਾਮਲ ਨਹੀਂ ਜੋ ਰਚੀ ਤਾਂ ਗਈ ਪਰ ਸੰਭਾਲੀ ਨਹੀਂ ਜਾ ਸਕੀ। ਏਡੇ ਵਿਦਵਾਨ ਦੇ ਨਾਮਾਂ ਸਨਮਾਨਾਂ ਦਾ ਵੀ ਲੇਖਾ ਨਹੀਂ। 1963 ਤੋਂ 2001 ਤੱਕ ਉਹਨੂੰ 22 ਪੁਰਸਕਾਰ ਮਿਲੇ ਜਿਨ੍ਹਾਂ 'ਚ ਸਾਹਿਤ ਅਕੈਡਮੀ ਪੁਰਸਕਾਰ ਤੋਂ ਲੈ ਕੇ ਕਬੀਰ ਪੁਰਸਕਾਰ ਤੇ ਸਰਸਵਤੀ ਪੁਰਸਕਾਰ ਤੱਕ ਸ਼ਾਮਲ ਹਨ। ਮੈਨੂੰ ਪਹਿਲੀ ਵਾਰ 1962 ਚ ਮਿਲਿਆ ਸੀ ਉਦੋਂ ਸਕੂਟਰ ਦੀ ਸਵਾਰੀ ਕਰਦਾ ਲੰਮੀ ਕਾਲੀ ਦਾੜ੍ਹੀ ਲਹਿਰਾਉਂਦਾ ਮਿਲਖਾ ਸਿੰਘ ਦੇ ਸੰਬਧ ਥੋੜਿਆ ਜਾਂਦਾ ਫਲਾਈਂਗ ਹਰਪਜਨ ਸਿੰਘ ਦਿਸਦਾ ਸੀ ਉਮਰ ਪੱਖੋਂ ਜਸਵੰਤ ਸਿੰਘ ਕਵਲ ਅਮਰਤਾ ਪ੍ਰੀਤਮ ਬਲਵੰਤ ਗਾਰਗੀ ਸੰਤੋਖ ਸਿੰਘ ਧੀਰ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਹੋਰ ਕਈਆਂ ਦਾ ਹਾਣੀ ਉਹ ਵੀ ਉਦੋਂ ਜਵਾਨ ਸਨ 1915 20 ਦੇ ਜਮਿਆਂ ਚੋਂ ਹੁਣ ਕੇਵਲ ਕਮਲ ਹੀ ਜਿਹਾ ਹੁੰਦਾ ਮੇਰਾ ਡਾਕਟਰ ਹਰਪਜਨ ਸਿੰਘ ਨੂੰ ਮਿਲਣ ਦਾ ਸਬਬ ਦਿੱਲੀ ਦੇ ਖਾਲਸਾ ਕਾਲਜ 'ਚ ਬਣਿਆ ਜੁਲਾਈ 1962 ਵਿੱਚ ਮੈਂ ਸ੍ਰੀ ਗੁਰਤੇਗ ਬਹਾਦਰ ਖਾਲਸਾ ਕਾਲਜ ਦੇਵਨਗਰ 'ਚ ਪੰਜਾਬੀ ਦੀ ਐਮਏ ਕਰਨ ਲਈ ਦਾਖਲ ਹੋਇਆ ਉਸ ਕਾਲਜ ਹਿੰਦੀ ਦਾ ਲੈਕਚਰਾਰ ਸੀ ਮੈਂ ਉਹਦੀਆਂ ਕਵਿਤਾਵਾਂ ਦੀ ਕਿਤਾਬ ਤਾਂ ਹਾਲੇ ਕੋਈ ਨਹੀਂ ਸੀ ਪੜ੍ਹੀ ਪਰ ਉਹਦੀਆਂ ਕੁਝ ਕਵਿਤਾਵਾਂ ਰਸਾਲਿਆਂ 'ਚ ਜ਼ਰੂਰ ਪੜ੍ਹੀਆਂ ਸੀ ਪੰਜਾਬੀ ਦੇ ਚੋਟੀ ਦੇ ਕਵੀਆਂ 'ਚ ਉਹਦਾ ਨਾਮ ਬੋਲਦਾ ਸੀ ਉਹਦੇ ਤਿੰਨ ਕਾਵ ਸੰਗ੍ਰਹਿ ਛਪ ਚੁੱਕੇ ਸਨ ਲਾਸਾਂ ਤਾਰ ਤਪਕਾ ਤੇ ਅਦਰੈਣੀ ਮੋਨ ਸਿੰਘ ਤੇ ਅਮਰਤਾ ਪ੍ਰੀਤਮ ਹੋਰਾਂ ਤੋਂ ਬਾਅਦ ਨਵੇਂ ਕਵੀਆਂ ਚੋ ਦੀ ਚੰਡੀ ਸੀ ਖਾਲਸਾ ਕਾਲਜ 'ਚ ਦਾਖਲ ਹੋਣ ਲਈ ਮੈਨੂੰ ਖੇਡਾਂ ਦੇ ਡਾਇਰੈਕਟਰ ਸਰਦਾਰ ਪ੍ਰੀਤਮ ਸਿੰਘ ਬੈਂਸ ਤੇ ਪੰਜਾਬੀ ਦੇ ਪ੍ਰੋਫੈਸਰ ਜੁਗਿੰਦਰ ਸਿੰਘ ਸੋਢੀ ਨੇ ਪ੍ਰੇਰ ਲਿਆ ਬੈਂਸ ਨੇ ਖਿਡਾਰੀ ਸਮਝ ਕੇ ਤੇ ਸੋਢੀ ਨੇ ਪੰਜਾਬੀ ਦੇ ਚੰਗੇ ਨੰਬਰਾਂ ਕਰਕੇ ਉਹ ਡਾਕਟਰ ਹਰਪਜਨ ਸਿੰਘ ਦੇ ਮਿੱਤਰ ਸਨ ਕਾਲਜ ਮੈਗਜ਼ੀਨ ਦੇ ਕਾਲਜ ਮੈਗਜ਼ੀਨ ਦੇ ਪੰਜਾਬੀ ਭਾਗ ਦਾ ਨਿਗਰਾਨ ਪ੍ਰੋਫੈਸਰ ਸੋਢੀ ਸੀ। ਉਹਨੇ ਮੈਨੂੰ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ ਬਣਾ ਲਿਆ। ਇੱਕ ਦਿਨ ਸੋਢੀ ਸਾਹਿਬ ਨੇ ਮੈਨੂੰ ਕਿਹਾ ਕਿ ਜਾ ਡਾਕਟਰ ਹਰਪ੍ਰਜਨ ਸਿੰਘ ਤੋਂ ਕਾਲਜ ਮੈਗਜ਼ੀਨ ਲਈ ਕੋਈ ਕਵਿਤਾ ਲਿਆ। ਕਾਲਜ ਦਾ ਸਟਾਫ ਭਾਵੇਂ ਕਾਫੀ ਵੱਡਾ ਸੀ ਪਰ ਡਾਕਟਰ ਹਰਪ੍ਰਜਨ ਸਿੰਘ ਦੀ ਮੈਨੂੰ ਛੇਤੀ ਪਛਾਣ ਹੋ ਗਈ ਸੀ। ਮੈਂ ਉਹਨੂੰ ਸਟਾਫ ਰੂਮ 'ਚ ਲੱਭਿਆ ਪਰ ਉਹ ਸਟਾਫ ਰੂਮ 'ਚ ਘੱਟ ਹੀ ਬੰਦਾ ਸੀ। ਇੱਕ ਦਿਨ ਉਹ ਕਾਲਜ ਦੇ ਲਾਂਚ ਮੌਜੀ ਮੂਰਚ ਚ ਤੁਰਦਾ ਫਿਰਦਾ ਦੇਖਿਆ। ਮੈਂ ਤੁਰੇ ਜਾਂਦੇ ਨੂੰ ਸੱਸੀ ਕਲ ਜਾ ਬੁਲਾਈ ਉਹਨੇ ਰੁੱਕ ਕੇ ਮੇਰੇ ਵੱਲ ਵੇਖਿਆ ਮੈਂ ਮਾਲਵੇ ਚੋਂ ਆਇਆ ਹੋਂ ਕਰਕੇ ਦਿੱਲੀ ਦੇ ਭਾਪੇ ਵਿਦਿਆਰਥੀਆਂ ਤੋਂ ਵੱਖਰਾ ਦਿਸਦਾ ਸੀ ਮੇਰੀ ਪੱਗ ਦਾ ਬੰਦੇਜ ਭਾਪਿਆਂ ਵਾਂਗ ਤਿੱਖਾ ਟੂਟੀਦਾਰ ਨਹੀਂ ਸਗੋਂ ਗੋਲ ਜਿਹਾ ਸੀ ਉਹਨੇ ਮੇਰਾ ਨਾਂ ਥਾਂ ਪੁੱਛਿਆ ਮੈਂ ਆਪਣੀ ਜਾਣ ਪਛਾਣ ਦਿੱਤੀ ਤਾਂ ਉਹਦੇ ਚਿਹਰੇ ਤੇ ਮੁਸਕਰਾਹਟ ਆਈ ਤੇ ਤਿੱਖੀਆਂ ਤੇਜ਼ ਨਜ਼ਰਾਂ ਦੀ ਸ਼ਿਸ਼ਤ ਮੇਰੇ ਤੇ ਗੱਡਦਿਆਂ ਕਿਹਾ ਤਾਂ ਮਾਲਵੇ ਦਾ ਜੱਟ ਨੇ ਮੈਂ ਸੰਗਦਿਆ ਕਿ ਹਾਂਜੀ ਹੋ ਸਕਦਾ ਉਹਨੇ ਮੇਰੀ ਬੋਲ ਚਾਲ ਤੇ ਮਲਵਈ ਲਹਿਜੇ ਤੋਂ ਅੰਦਾਜ਼ਾ ਲਾ ਲਿਆ ਹੋਵੇ ਉਹਨੇ ਮੇਰਾ ਨਾਂ ਹੀ ਜੱਟ ਰੱਖ ਲਿਆ ਮੈਂ 1962 ਤੋਂ 67 ਤੱਕ ਦਿੱਲੀ ਰਿਆ ਅੱਗੇ ਪਿੱਛੇ ਹੋ ਸਕਦਾ ਮੇਰਾ ਨਾਂ ਲੈ ਲੈਂਦਾ ਹੋਵੇ ਪਰ ਉਹਨੇ ਮੈਨੂੰ ਜਦੋਂ ਵੀ ਬੁਲਾਇਆ ਹਮੇਸ਼ਾ ਜੱਟ ਕਹਿ ਕੇ ਜੱਟਾ ਕਹਿ ਕੇ ਬੁਲਾਇਆ ਗੱਲਾਂ-ਗੱਲਾਂ 'ਚ ਮੈਂ ਕਵਿਤਾ ਦੀ ਗੱਲ ਕੀਤੀ ਆਖਿਆ ਡਾਕਟਰ ਸਾਹਿਬ ਕਾਲਜ ਦੇ ਮੈਗਜ਼ੀਨ 'ਚ ਅਸੀਂ ਤੁਹਾਡੀ ਕਵਿਤਾ ਛਾਪਣੀ ਚਾਹੁੰਦੇ ਹਾਂ ਦੇ ਸਕੋ ਤਾਂ ਬੜੇ ਧੰਨਵਾਦੀ ਹੋਵਾਂਗੇ ਨਾਲ ਲੱਗਦਾ ਮੈਂ ਪ੍ਰੋਫੈਸਰ ਸੋਡੀ ਦਾ ਹਵਾਲਾ ਵੀ ਦੇ ਦਿੱਤਾ ਜੋ ਉਹਦਾ ਦੋਸਤ ਤੇ ਗਾਇਕਾ ਸੁਰਿੰਦਰ ਕੌਰ ਦਾ ਪਤੀ ਸੀ ਡਾਕਟਰ ਸਾਹਿਬ ਨੇ ਪੁੱਛਿਆ ਕਵਿਤਾ ਪੁਰਾਣੀ ਚਾਹੀਦੀ ਹੈ ਜਾਂ ਨਵੀਂ ਮੈਂ ਆਖਿਆ ਜਿਹੜੀ ਮਰਜ਼ੀ ਦੇ ਦਿਓ ਇਸ ਨਾਲ ਪੰਜਾਬੀ ਸੈਕਸ਼ਨ ਦੀ ਸ਼ਾਨ ਬਣ ਜਾਏਗੀ ਉਹਨੇ ਕਿਹਾ ਮੈਂ ਨਵੀਂ ਦੇਵਾਂਗਾ ਅਨਛਪੀ ਇੰਜ ਕਰੀ ਪੀਰੀਅਡ ਮੁੱਕਣ ਬਾਅਦ ਮੇਰੇ ਦਫ਼ਤਰ ਚ ਆ ਜਾਈ ਤੇ ਕਵਿਤਾ ਲੈ ਲਈ ਪੀਰੀਅਡ ਮੁੱਕਣ ਤੇ ਮੈਂ ਉਹਦੇ ਦਫ਼ਤਰ 'ਚ ਗਿਆ ਤਾਂ ਕੋਰੇ ਕਾਗਜ਼ ਉੱਤੇ ਕੁਝ ਲਿਖੀ ਜਾਂਦਾ ਸੀ। ਉਹਨੇ ਮੈਨੂੰ 15-20 ਮਿੰਟ ਠਹਿਰ ਕੇ ਆਉਣ ਲਈ ਕਿਹਾ ਤੇ ਫਿਰ ਲਿਖਣਾ ਸ਼ੁਰੂ ਕਰ ਲਿਆ। ਮੈਂ ਦੁਬਾਰਾ ਗਿਆ ਤਾਂ ਉਹਨੇ ਨਵੀਂ ਲਿਖੀ ਕਵਿਤਾ ਲਫਾਫੇ 'ਚ ਪਾ ਕੇ ਮੇਰੇ ਹੱਥ 'ਤੇ ਆਈ ਤੀ। ਨਾਲ ਸੱਦਾ ਦੇ ਦਿੱਤਾ ਕਿ ਕਦੇ-ਕਦੇ ਉਹਦੇ ਦਫ਼ਤਰ ਆ ਜਾਇਆ ਕਰਾਂ। ਮੈਂ ਧੰਨਵਾਦ ਕਰਕੇ ਪੌੜੀਆਂ ਉਤਰ ਆਇਆ। ਲਫਾਫਾ ਖੋਲ ਕੇ ਕਵਿਤਾ ਤੇ ਨਜ਼ਰ ਮਾਰੀ ਤਾਂ ਬੜੀ ਖੁਸ਼ਖਤ ਲਿਖਾਈ ਸੀ। ਅੱਖਰ ਨਿਖੜਵੇਂ ਸਨ, ਸਿਹਾਰੀਆਂ, ਬਿਹਾਰੀਆਂ, ਸਿੱਧੀਆਂ ਸਲੋਟ ਕੋੜੇ ਕਨੋੜੇ ਵੀ ਖੜਵੇਂ ਅੱਖਰਾਂ ਦੀ ਬੰਤਰ ਜਿਵੇਂ ਡਰਾਇੰਗ ਵਾਈ ਹੋਵੇ ਕਿਦਰੇ ਕੋਈ ਕਾਣ ਨਹੀਂ ਸੀ ਲਿਖਿਆ ਵੀ ਸਿੱਧੀਆਂ ਸਤਰਾਂ 'ਚ ਖੁੱਲਾ-ਖੁੱਲਾ ਸੀ ਮੈਂ ਉਹ ਕਵਿਤਾ ਅਗਲੇ ਦਿਨ ਪ੍ਰੋਫੈਸਰ ਸੋਢੀ ਨੂੰ ਵਿਖਾਈ ਤਾਂ ਪੜ੍ਹ ਕੇ ਉਹਨਾਂ ਨੇ ਖੂਬ ਸਲਾਹੀ ਅਸੀਂ ਉਸ ਕਵਿਤਾ ਨੂੰ ਪੰਜਾਬੀ ਸੈਕਸ਼ਨ 'ਚ ਸਭ ਤੋਂ ਮੋਹਰੇ ਕਰਕੇ ਛਾਪਿਆ ਮੈਗਜ਼ੀਨ ਛਪਿਆ ਤਾਂ ਮੈਂ ਮੈਗਜ਼ੀਨ ਦੀ ਕਾਪੀ ਦੇਣ ਡਾਕਟਰ ਸਾਹਿਬ ਕੋਲ ਗਿਆ ਉਹਨੇ ਮੈਨੂੰ ਕੋਲ ਬਹਾਲਿਆ ਤੇ ਚਾਹ ਮੰਗਵਾ ਲਈ ਚਾਹ ਪੀਂਦਿਆਂ ਕੁਝ ਗੱਲਾਂ-ਬਾਤਾਂ ਹੋਈਆਂ ਮੇਰੇ ਮੂੰਹੋਂ ਪਤਾ ਨਹੀਂ ਕਿਸ ਪ੍ਰਸੰਗ ਤੇ ਸ਼ਬਦ ਮੰਢੇਰ ਨਿਕਲ ਗਿਆ ਉਹਨੂੰ ਇਸ ਲਫ਼ਜ਼ ਨੇ ਚੁੰਕਾ ਦਿੱਤਾ ਤੇ ਕਹਿਣ ਲੱਗਾ ਜਿਵੇਂ ਕੁੱਤੀੜ ਅਸੀਂ ਹੱਸਣ ਲੱਗੇ ਮੈਨੂੰ ਲੱਗਾ ਕਿ ਡਾਕਟਰ ਸ਼ਬਦਾਂ ਦਾ ਸ਼ਿਕਾਰੀ ਹੈ ਖਾਸ ਕਰਕੇ ਠੇਢ ਸ਼ਬਦਾਂ ਦਾ ਡਾਕਟਰ ਸਾਹਿਬ ਨਾਲ ਪਹਿਲੀ ਮੁਲਾਕਾਤ ਤੇ ਪਹਿਲੀਆਂ ਗੱਲਾਂ ਨੂੰ ਭਾਵੇਂ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਪਰ ਉਹ ਅਜੇ ਵੀ ਤਰੋ-ਤਾਜ਼ਾ ਹਨ ਦਿੱਲੀ 'ਚ ਬਤਾਇਆ ਸਮਾਂ ਮੈਨੂੰ ਕਦੇ ਨਹੀਂ ਭੁੱਲਿਆ ਉੱਥੇ ਪੰਜਾਬੀ ਲੇਖਕਾਂ ਨਾਲ ਹੋਈਆਂ ਮਿਲਣੀਆਂ ਅੱਜ ਵੀ ਯਾਦ ਹਨ ਮੈਂ 22 ਸਾਲਾਂ ਦਾ ਹੋ ਕੇ ਗਿਆ ਸੀ ਤੇ 27 ਸਾਲਾਂ ਦਾ ਹੋ ਕੇ ਮੁੜਿਆ ਦਿੱਲੀ ਦੀ ਪੰਜਾਬੀ ਸੈਦ ਸਭਾ ਚ ਜਾਣ ਤੇ ਲੇਖਕਾਂ ਨੂੰ ਮਿਲਦੇ ਆਂ ਗਿਲਦੇ ਆਂ ਮੈਂ ਵੀ ਲਿਖਣ ਨੂੰ ਮੂੰਹ ਮਾਰਨ ਲੱਗ ਪਿਆ ਸੀ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇਵਨਗਰ ਕਰੋਲ ਬਾਗ ਵਿੱਚ ਸੀ ਹਲੇ ਯੂਨੀਵਰਸਿਟੀ ਕੈਂਪਸ ਤੇ ਨਹੀਂ ਸੀ ਗਿਆ ਕਾਲਜ ਦੇ ਨੇੜੇ ਰੌਣਕ ਵਾਲਾ ਬਾਜ਼ਾਰ ਅਜਮਲ ਖਾਨ ਰੋਡ ਸੀ ਉਤੋਂ ਥੋੜਾ ਅੱਗੇ ਗੁਰਦੁਆਰਾ ਰੋਡ ਉਤੋਂ ਮੈਂ বাস ਫੜ ਕੇ ਯੂਨੀਵਰਸਿਟੀ ਚ ਕਲਾਸਾਂ ਲਾਉਣ ਜਾਂਦਾ ਗੁਰਦੁਆਰਾ ਰੋਡ ਦੀ 88 ਨਈ ਵਾਲਾ ਗਲੀ ਚ ਹਰਪ੍ਰਜਨ ਸਿੰਘ ਆਪਣੇ 6 ਜੀਆਂ ਦੇ ਪਰਿਵਾਰ ਨਾਲ ਰਹਿੰਦਾ ਸੀ ਪਹਿਲੀ ਮਿਲਣੀ ਦਾ ਝਾਕਾ ਲੈ ਜਾਣ ਪਿੱਛੋਂ ਮੈਨੂੰ अनेका ਵਾਰ ਹਰਪ੍ਰਜਨ ਸਿੰਘ ਨੂੰ ਮਿਲਣ ਦੇ ਮੌਕੇ ਮਿਲੇ ਕਦੇ ਕਾਲਜ ਚ ਕਦੇ ਉਹਦੇ ਘਰ ਕਦੇ ਯੂਨੀਵਰਸਿਟੀ ਕੈਂਪਸ ਚ ਕਦੇ ਸੈਰ ਸਪਟਾ ਕਰਦੇ ਆ ਰਿਜ ਰੋਡ ਉਤੇ ਦੇਸ਼ਵਾਲਾ ਤੋਂ ਪਿੱਛੋਂ ਪੰਜਾਬੀ ਸਹਿਦ ਦੀ ਰਾਜਧਾਨੀ ਰੇਗੜਪੁਰਾ ਹੋ ਚੁੱਕੀ ਸੀ ਕਰੋਲ ਬਾਗ ਰੈਗੜਪੁਰਾ ਪਿੰਡ ਦੀ ਜ਼ਮੀਨ ਤੇ ਵਸਿਆ ਸੀ ਨਾਟਕਕਾਰ ਹਰਚਰਨ ਸਿੰਘ ਦੀ ਈਸਟਰਨ ਪੰਜਾਬ ਕਾਲਜ ਨਾਂ ਦੀ ਅਕੈਡਮੀ ਵੀ ਉੱਥੇ ਹੀ ਚੱਲਦੀ ਸੀ ਜੋ 10ਵੀਂ ਪੜ੍ਹਿਆਂ ਨੂੰ ਗਿਆਨੀ ਕਰਾਉਂਦੀ ਸੀ ਖਾਲਸਾ ਕਾਲਜ ਦੇਵ ਨਗਰ ਵਾਲਿਆਂ ਨੇ ਆਪਣੇ ਆਨੰਦ ਪਰਬਤ ਦੇ ਹੋਸਟਲ ਦਾ 18 ਨੰਬਰ ਕਮਰਾ ਗੁਲਜ਼ਾਰ ਸਿੰਘ ਸੰਧੂ ਨੂੰ ਦੇ ਰੱਖਿਆ ਸੀ ਉਸ ਕਮਰੇ 'ਚ ਕਦੇ-ਕਦੇ ਡਾਕਟਰ ਹਰਪਜਨ ਸਿੰਘ ਤੇ ਪ੍ਰੋਫੈਸਰ ਅਮਰੀਕ ਸਿੰਘ ਵੀ ਆਵੜਦੇ ਉਖਾਲਸਾ ਕਾਲਜ ਹਿੰਦੀ ਤੇ ਅੰਗਰੇਜ਼ੀ ਦੇ ਲੈਕਚਰਰ ਸਨ ਡਾਕਟਰ ਅਮਰੀਕ ਸਿੰਘ ਪੰਜਾਬੀ ਦਾ ਨਾਟਕਕਾਰ ਸੀ ਜੋ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਬਣਿਆ ਉਹਨੇ ਹਰਪ੍ਰਜਨ ਸਿੰਘ ਨੂੰ ਪੰਜਾਬੀ ਕਵਿਤਾ ਦਾ ਰੁੱਖ ਤੇ ॠषि ਕਹਿ ਕੇ ਵਧਾਇਆ ਜਿਵੇਂ ਡਾਕਟਰ ਹਰਪ੍ਰਜਨ ਸਿੰਘ ਨੇ अनेਕਾਂ ਲੇਖਕਾਂ ਤੇ ਉਹਨਾਂ ਦੀਆਂ ਲਿਖਤਾਂ ਬਾਰੇ ਲਿਖਿਆ ਉਵੇਂ ਉਸ ਬਾਰੇ ਵੀ ਲੇਖਕਾਂ ਨੇ ਕਾਫੀ ਕੁਝ ਲਿਖਿਆ ਬਲਵੰਤ ਗਾਰਗੀ ਲਗਭਗ ਉਹਦੀ ਉਮਰ ਦਾ ਹੀ ਸੀ ਉਹਦੀ ਉਸ ਨਾਲ ਉੱਠਣੀ ਬੈਠਣੀ ਵੀ ਸੀ ਤੇ ਜਦੋਂ ਗਾਰਗੀ ਨੇ ਹਰਭਜਨ ਸਿੰਘ ਨੂੰ ਮਿਲਣਾ ਹੁੰਦਾ ਤਾਂ ਗੁਰਦੁਆਰਾ ਰੋਡ ਵਾਲੇ ਮ드ਰਾਸ ਕਾਫੀ ਹਾਊਸ ਤੇ ਮਿਲਦੇ ਜਦੋਂ ਹਰਭਜਨ ਸਿੰਘ ਨੇ ਗਾਰਗੀ ਨੂੰ ਮਿਲਣਾ ਹੁੰਦਾ ਤੇ ਕਨਟ ਪਲੇਸ ਵਾਲੇ ਇੰਡੀਅਨ ਕਾਫੀ ਹਾਊਸ ਇਕੱਠੇ ਹੁੰਦੇ ਗਾਰਗੀ ਨੂੰ ਹਰਭਜਨ ਸਿੰਘ ਦੀ ਕਵਿਤਾ ਚੰਗੀ ਲੱਗਦੀ ਸੀ ਤੇ ਹਰਭਜਨ ਸਿੰਘ ਨੂੰ ਗਾਰਗੀ ਦੀ ਵਾਰਤਕ ਗਾਰਗੀ ਲੇਖਕਾਂ ਦੇ ਰੇਖਾ ਚਿੱਤਰ ਲਿਖਦੀਆਂ ਮਸਾਲਾ ਲਾ ਕੇ ਖਸਤਾ ਕਰਾਰੇ ਬਣਾ ਦਿੰਦਾ ਸੀ ਜਿਨ੍ਹਾਂ ਨੂੰ ਪਾਠਕ ਦਿਲਚਸਪੀ ਨਾਲ ਪੜ੍ਹਦੇ ਤੇ ਗਾਰਗੀ ਦੀ ਮਸਾਲੇਦਾਰ ਸ਼ੈਲੀ ਨੂੰ ਸਲਾਉਂਦੇ ਹਰਪਜਨ ਸਿੰਘ ਬਾਰੇ ਗਾਰਗੀ ਨੇ ਲਿਖਿਆ ਹਰਪਜਨ ਸਿੰਘ ਖੁੱਲੀ ਦਾੜੀ ਵਾਲਾ ਇੱਕ ਜਿਆ ਦਿਓ ਹੈ ਜੋ ਨਿੱਕੇ ਮੋٹے ਸਹਿਤ ਕਰਨ ਨੂੰ ਤੁਰੰਤ ਹੀ ਪੱਖ ਕਰ ਜਾਂਦਾ ਹੈ ਝਾੜ ਜੰਗਾਰ ਦਾੜੀ ਚੋਂ ਦਾ ਚਿੱਟਾ ਹਾਸਾ ਦਿਸਦਾ ਜਿਸ ਚ ਖੌਫਨਾਕ ਕشش ਹੈ ਮੂੰਹ ਤੇ ਸੀਤਲਾ ਦੇ ਹਲਕੇ ਦਾਗ ਨਖਰੀਲੀਆਂ ਅੱਖਾਂ ਉੱਚੀ ਲਿਲਕਦਾਰ ਆਵਾਜ਼ ਉਹ ਗੱਲ ਕਰਦਾ ਜਿਵੇਂ ਜੇਬ ਚੋਂ ਕਬੂਤਰ ਉੱਡ ਗਿਆ ਹੋਵੇ ਪਹਿਲੀ ਵਾਰ ਮੈਂ ਉਹਨੂੰ ਮੋਟਰਸਾਈਕਲ ਉੱਤੇ ਚੜੇ ਦੇਖਿਆ ਇੰਨਾ ਤੇਜ਼ ਕਿ ਮੈਨੂੰ ਜਾਪਿਆ ਜਿਵੇਂ ਮੋਟਰਸਾਈਕਲ ਖੜਾ ਸੀ ਹਰਪਜਨ ਸਿੰਘ ਦਾ ਸਾਰਾ ਜਿਸਮ ਮਹਿਲ ਸੀ ਸਿਰਫ ਦਾੜੀ ਫੜਫੜਾਉਂਦੀ ਹੋਈ ਦੌੜੇ ਜਾ ਰਹੀ ਸੀ ਹਰਪਜਨ ਸਿੰਘ ਦੇ ਨਾਈ ਵਾਲਾ ਗਲੀ ਵਿੱਚਲੇ ਘਰ ਬਾਰੇ ਉਹਨੇ ਲਿਖਿਆ ਪਿਛਲੇ ਬਹੁਤ ਸਾਲਾਂ ਤੋਂ ਕਰੋਲ ਬਾਗ ਦੀ ਇੱਕ ਤੰਗ ਜੀ ਗਲੀ 'ਚ ਖੁੱਲੀ ਤਰ੍ਹਾਂ ਰਹਿ ਰਿਹਾ ਹੈ ਗਲੀ 'ਚ ਕੁੱਤੇ ਭੌਂਕ ਰਹੇ ਹਨ ਬੱਚੇ ਚੀਂਕ ਰਹੇ ਹਨ ਰੇਡੀਓ ਗਰਜ ਰਿਹਾ ਹੈ ਉਹਦੀ بیوی ਥਾਪੇ ਨਾਲ ਕੱਪੜੇ ਕੁੱਟ ਰਹੀ ਹੈ ਕਮਰੇ 'ਚ ਕਿਤਾਬਾਂ ਫਾਈਲਾਂ ਯੂਨੀਵਰਸਿਟੀ ਦੇ ਪਰਚੇ ਤੇ ਅਖਬਾਰ ਖਿੰਡੇ ਪਏ ਹਨ ਤੇ ਉਹ ਦਾੜੀ ਤਾਣ ਕੇ ਫਰਸ਼ ਤੇ ਸੁੱਤਾ ਪਿਆ ਇਸੇ ਰੌਲੇ ਰੱਪੇ ਤੇ ਖਿਲਾਰਚੋਂ ਰਹਿੰਦਾ ਹੈ ਇਕਾਗਰ ਤੇ ਨਿਰਲੇਪ ਉਹਦੀ ਕਵਿਤਾ ਵਿੱਚ ਵੀ ਅਸੀ ਇਕਾਗਰਤਾ ਤੇ ਨਿਰਲੇਪਤਾ ਦੀ ਕਣੀ ਚਮਕਦੀ ਹੈ ਜਿਸ ਘਰ ਦੀ ਗੱਲ ਗਾਰਗੀ ਨੇ ਕੀਤੀ ਹੈ ਮੈਨੂੰ ਉਹਦੀ ਪ੍ਰਕਰਮਾਂ ਕਰਨ ਦੇ ਅਨੇਕਾਂ ਮੌਕੇ ਮੌਕੇ ਮਿਲੇ ਕਈ ਵਾਰ ਅੰਦਰ ਜਾਣਤੇ ਨਤਮਸਤਕ ਹੋਣ ਦੇ ਵੀ ਹਰਭਜਨ ਸਿੰਘ ਤੋਂ ਕਵਿਤਾ ਹਾਸਲ ਕਰਕੇ ਮੈਂ ਸਮਝਦਾ ਸੀ ਕਿ ਹੁਣ ਉਹਨੂੰ ਮਿਲਣ ਗਿਲਣ ਤੇ ਆਪਣੀ ਪੜ੍ਹਾਈ ਲਿਖਾਈ ਸੰਬੰਧੀ ਸਲਾਹ ਮਸ਼ਵਰਾ ਲੈਣ ਚ ਕੋਈ ਝਿਜਕ ਨਹੀਂ ਉਹ ਬੇਸ਼ੱਕ ਲਿਖਣ ਪੜ੍ਹਨ ਚ ਕਿੰਨਾ ਵੀ ਰੁੱਝਿਆ ਹੁੰਦਾ ਪਰ ਮੈਨੂੰ ਮਿਲਣ ਲਈ ਸਮਾਂ ਦੇ ਦਿੰਦਾ ਕਦੇ-ਕਦੇ ਮੈਂ ਉਹ ਆਪਣਾ ਅਨੁਵਾਦ ਦਾ ਕੰਮ ਵੀ ਕਰਵਾ ਲੈਂਦਾ। ਉਹ ਅੰਗਰੇਜ਼ੀ ਤੋਂ ਪੰਜਾਬੀ ਚ ਅਨੁਵਾਦ ਬੋਲੀ ਜਾਂਦਾ ਜੋ ਮੈਂ ਨਾਲੋਂ ਨਾਲ ਲਿਖੀ ਜਾਂਦਾ। ਮੇਰੇ ਲਿਖੇ ਨੂੰ ਉਹ ਵੇਖਦਾ ਤੇ ਗਲਤੀਆਂ ਠੀਕ ਕਰ ਦਿੰਦਾ। ਉਹਦਾ ਮੈਨੂੰ ਇੱਕ ਫਾਇਦਾ ਇਹ ਹੋਇਆ ਕਿ ਮੇਰੀ ਲਿਖਤ ਸੁਧਰ ਗਈ ਤੇ ਮੈਨੂੰ ਪ੍ਰੈਸ ਕਾਪੀ ਬਣਾਉਣੀ ਆ ਗਈ। ਮੇਰੇ ਕਈ ਅੱਖਰਾਂ ਤੇ ਮਾਤਰਾ ਦੀ ਬੰਦਤਰ ਵਿੱਚ ਵੀ ਸੋਝ ਆ ਗਿਆ। ਉਹਦੀ ਹੱਥ ਲਿਖਤ ਬੜੀ ਸੁੰਦਰ ਸੀ। ਜਦੋਂ ਮੈਂ ਉਹਦੇ ਕੋਲ ਬੈਠ ਕੇ ਉਹਦਾ ਬੋਲਿਆ ਲਿਖ ਰਿਹਾ ਹੁੰਦਾ ਤਾਂ ਮੈਨੂੰ ਉਹਦੀ ਅਨੋਖੀ ਪ੍ਰਤਿਭਾ ਦਾ ਸੁੱਖਾ ਮਹਿਸਾਸ ਹੁੰਦਾ। ਲੱਖਾਂਉਂ ਦੀ ਪੁਸਤਕ ਅਨ ਐਡਰੈਸਡ ਲੈਟਰਸ ਦਾ ਅਨੁਵਾਦ ਚਿੱਠੀਆਂ ਬਿਨ ਸਿਰਨਾਮਿਆਂ ਦਾ ਕੁਝ ਭਾਗ ਉਹਦਾ ਲਿਖਵਾਇਆ ਤੇ ਮੇਰੀ ਕਲਮ ਦਾ ਲਿਖਿਆ ਹੋਇਆ ਲਿਖਦਾ ਹੋਇਆ ਮੈਂ ਹੈਰਾਨ ਹੁੰਦਾ ਕਿ ਉਹਨੂੰ ਇੰਨੇ ਟੁਕੜੇ ਸ਼ਬਦ ਕਿਵੇਂ ਆੜੀ ਜਾਂਦੇ ਨੇ ਉਹਨੇ ਦਿਨ ਹੀ ਮੈਂ ਸਿਕਸ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਪੁਰਬਾ ਉੱਤੇ ਸੰਗਤਾਂ ਨੂੰ ਵੰਡਣ ਲਈ ਤਿੰਨ ਪੈਂਫਲੈਟ ਲਿਖੇ ਇੱਕ ਦਾ ਨਾਂ ਰੱਖਿਆ ਗੁਰੂ ਨਾਨਕ ਦੀ ਮਨੁੱਖਤਾ ਨੂੰ ਦੇਣ ਦੂਜੇ ਦਾ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੇ ਤੀਜੇ ਦਾ ਮਾਨਵਵਾਦੀ ਗੁਰੂ ਗੋਬਿੰਦ ਸਿੰਘ ਉਹ 32 32 ਸਫ਼ਿਆਂ ਦੇ ਸਨ ਜਿਨ੍ਹਾਂ ਕਿਤਾਬਾਂ 'ਚੋਂ ਹਵਾਲਾ ਲਿਆ ਗਿਆ ਸੀ ਖੋਜ ਕਰਨ ਵਾਲਿਆਂ ਵਾਂਗ ਉਹਨਾਂ ਦੇ ਫੁੱਟ ਨੋਟ ਵੀ ਦਿੱਤੇ ਸੀ ਤੇ ਮੇਰੇ ਉਹ ਪੈਂਫਲੈਟ ਪੜ੍ਹ ਕੇ ਹਰਬਜਨ ਸਿੰਘ ਨੇ ਮੇਰੀ ਵਾਰਤਕ ਨੂੰ ਸਲਾਹਿਆ ਤੇ ਮੇਰਾ ਹੌਸਲਾ ਵਧਾਇਆ ਪੰਜਾਬੀ ਦੇ ਪ੍ਰੋਫੈਸਰਾਂ ਨੇ ਕਿਹਾ ਕਿ ਹੁਣ ਤੇਰੀ ਫਰਸਟ ਕਲਾਸ ਪੱਕੀ ਹੈ ਸਾਡੀ ਜਮਾਤ ਹਫਤੇ ਚ 4 ਦਿਨ ਯੂਨੀਵਰਸਿਟੀ ਕੈਂਪਸ ਤੇ ਪੜਨ ਜਾਂਦੀ ਸੀ। 2 ਦਿਨ ਅਸੀਂ ਕਾਲਜ ਚ ਪੜਦੇ ਸੀ। ਹਰਭਜਨ ਸਿੰਘ ਵੀ ਹਿੰਦੀ ਐਮਏ ਦੇ ਵਿਦਿਆਰਥੀਆਂ ਨੂੰ ਪੜਾਉਣ ਕੈਂਪਸ ਜਾਂਦਾ ਸੀ ਤੇ ਕਦੀ ਕਦਾਈ ਮੈਨੂੰ ਉਹਦੇ ਸਕੂਟਰ ਤੇ ਬੈਠ ਕੇ ਜਾਣ ਦਾ ਮੌਕਾ ਵੀ ਮਿਲ ਜਾਂਦਾ। ਰਾਹ ਚੋਂ ਕਵਿਤਾ ਗੁੰਗਣਾਉਂਦਾ ਇੱਕ ਹੱਥ ਸਕੂਟਰ ਦੇ ਹੈਂਡਲ ਤੋਂ ਚੁੱਕ ਕੇ ਹਵਾ ਚ ਲਹਿਰਾਉਂਦਾ ਤੇ ਨਾਲ ਹੀ ਲਹਿਰਾਂਦੀ ਜਾਂਦੀ ਉਹਦੀ ਦਾੜ੍ਹੀ। ਅਜੇ ਮੌਕੇ ਸਕੂਟਰ ਡੋਲਦਾ ਤਾਂ ਮੈਂ ਡਰਦਾ ਵੀ ਡਿੱਗੇ ਕਿ ਡਿੱਗੇ ਪਰ ਡਿੱਗੇ ਕਦੇ ਨਹੀਂ। ਜਿੱਦਨ ਕਦੇ ਸਕੂਟਰ ਦਾ ਬਾਹਲਾ ਡੋਲਦਾ ਮੈਂ ਮਨਚ ਫੈਸਲਾ ਕਰਦਾ ਕਿ ਅੱਗੇ ਤੋਂ ਕਦੇ ਉਹਦੇ ਸਕੂਟਰ ਤੇ ਨਹੀਂ ਬੈਠਣਾ ਸੋਚਦਾ ਮਨਾ ਉਹ ਤਾਂ ਖਾਦੀ ਪੀਤੀ ਫਿਰਦਾ ਹੈ ਤੇ ਤੂੰ ਤੈਨੂੰ ਕੀ ਲੋੜ ਆ ਉਹਦੇ ਨਾਲ ਡਿੱਗਣ ਦੀ ਹੱਡੀ ਪਸਲੀ ਤੜਵਾਉਣ ਦੀ ਇੱਕ ਦਿਨ ਉਹੀ ਗੱਲ ਹੋਈ ਸਕੂਟਰ ਤੇ ਜਾਂਦਾ ਉਹ ਸੱਚੀ ਡਿੱਗ ਪਿਆ ਪਰ ਮੇਰੀ ਖੁਸ਼ਕਿਸਮਤੀ ਮੈਂ ਉਹਦੇ ਮਗਰ ਨਹੀਂ ਸੀ ਬੈਠਾ ਹੋਇਆ ਬੈਠਾ ਹੁੰਦਾ ਤੇ ਮੇਰੀ ਵੀ ਕੋਈ ਹੱਡੀ ਪਸਲੀ ਟੁੱਟ ਜਾਂਦੀ ਡਾਕਟਰ ਸਾਹਿਬ ਦੇ ਕਾਫੀ ਸੱਟਾਂ ਲੱਗੀਆਂ ਤੇ ਕਾਫੀ ਦਿਨ ਪਲਸਟਰ ਲੱਗੇ ਰਹੇ ਜਿਹੜਾ ਕੋਈ ਹਾਲਚਾਲ ਪੁੱਛਣ ਆਉਂਦਾ ਨਸੀਅਤ ਕਰਕੇ ਜਾਂਦਾ ਡਾਕਟਰ ਸਾਹਿਬ ਇਸ ਵਾਰ ਤਾਂ ਬਚ ਗਏ ਉਹ ਗਾਂ ਨੂੰ ਸਕੂਟਰ ਤੇ ਨਾ ਬੈਠੇ ਉਹ ਜੇ ਬਹਿਣਾ ਹੀ ਪਿਆ ਤਾਂ ਰਾਜ ਕੋਈ ਕਵਿਤਾ ਨਾ ਗੁੰਗਣਾਉਣ ਲੱਗ ਪਿਓ ਤੇ ਜੇ ਗਾਉਣਾ ਹੀ ਹੋਇਆ ਤਾਂ ਹੈਂਡਲ ਛੱਡ ਕੇ ਹੱਥ ਨਾਲ ਲਹਿਰਾਇਓ ਸਕੂਟਰ ਖੜਾ ਕਰਕੇ ਚਾਹ ਪੂਰਾ ਕਰ ਲਿਓ ਤੇ ਡਾਕਟਰ ਉੱਤੇ ਤਾਂ ਇਹਨਾਂ ਨਸੀਅਤਾਂ ਦਾ ਕੋਈ ਖਾਸ ਅਸਰ ਨਾ ਹੋਇਆ ਪਰ ਮੈਂ ਮੁੜ ਕੇ ਉਹਦੇ ਸਕੂਟਰ ਮਗਰ ਨਹੀਂ ਬੈਠਾ ਸੰਗਤ ਸਿਰਫ ਸਕੂਟਰ ਤੇ ਬਹਿਣ ਦੀ ਹੀ ਛੱਡੀ ਉੰਜ ਮਿਲਣ ਗਿਲਣ ਦੀ ਜਾਰੀ ਰਹੀ ਪੈਂਫਲਟ ਲਿਖਣ ਵਿੱਚੋਂ ਮੈਂ ਇੱਕ ਆਰਟੀਕਲ ਮੇਲਾ ਮੁਕਸਰ ਦਾ ਪਾਪਾ ਪ੍ਰੀਤਮ ਸਿੰਘ ਦੇ ਰਸਾਲੇ ਆਰਸੀ ਨੂੰ ਭੇਜਿਆ ਤੇ ਉਹਨਾਂ ਨੇ ਉਹ ਛਾਪ ਦਿੱਤਾ ਤੇ ਆਰਸੀ 'ਚ ਛਪਣ ਦੀ ਮੈਨੂੰ ਤਾਂ ਖੁਸ਼ੀ ਹੋਣੀ ਸੀ ਡਾਕਟਰ ਹਰਪਜਨ ਸਿੰਘ ਨੂੰ ਮੈਥੋਂ ਵੀ ਵੱਧ ਹੋਈ ਮੈਂ ਫਾਜ਼ਿਲ ਕਾ ਤੋਂ ਰੇਲ ਗੱਡੀ ਚੜ ਕੇ ਪੀੜਾਂ ਅੰਚ ਹੈ ਕਿ ਮੱਗੀ ਨਹਾ ਕੇ ਧੋਣੀ ਸੇਕਣ ਲਈ ਮਗਦੇ ਮੁੱਢ ਸੇਕ ਕੇ ਉਹਨਾਂ ਦਾ ਆਖੀ ਡਿਠਾ ਹਾਲ ਤੇ ਨਾਚੀਆਂ ਦੇ ਜ਼ਿੰਦਾ ਡਾਂਸ ਦਾ ਨਜ਼ਾਰਾ ਵੇਖਣ ਦਾ ਹੋ ਬਹੁ ਬਹੁ ਵਰਣਨ ਕੀਤਾ ਸੀ ਕਾਫੀ ਕੁਝ ਦਿਲਚਸਪ ਇਤਿਹਾਸ ਭਰਪੂਰ ਸੀ ਲੱਖੇਵਾਲੀ ਸਟੇਸ਼ਨ ਉੱਤੇ ਇੱਕ ਬੰਦੇ ਦੀਆਂ ਲੱਤਾਂ ਗੱਡੀ ਦੇ ਪੁਰਾਣੇ ਡੱਬੇ ਦੀ ਟੁੱਟੀ ਛੱਤ 'ਚ ਫਸ ਗਈਆਂ ਸਨ ਉਹ ਫਸੀਆਂ ਲੱਤਾਂ ਕੱਢਣ ਦੀ ਥਾਂ ਰੇਲ ਗੱਡੀ ਬਣਾਉਣ ਵਾਲਿਆਂ ਨੂੰ ਗਾਲਾਂ ਕੱਢੀ ਜਾ ਰਿਆ ਸੀ ਸਾਲੇ ਹੋਏ ਆ ਗੱਡੀ ਬਣਾਉਣ ਦੇ ਅਜੇ ਤਾਂ ਲੱਤਾਂ ਹੀ ਫਸੀਆਂ ਹੋਰ ਨਹੀਂ ਕਿਤੇ ਹਰ ਭਜਨ ਸਿੰਘ ਨੇ ਉਹ ਲੇਖ ਪੜਿਆ ਤੇ ਨਾਲੇ ਹੱਸੀ ਜਾਵੇ ਨਾਲੇ ਨੁਕਸ ਕੰਢੀ ਜਾਵੇ ਕਿ ਡੱਬੇ ਦੀ ਛੱਤ 'ਚ ਲੱਤਾਂ ਕਿਵੇਂ ਫਸ ਜਾਣਗੀਆਂ ਮੈਂ ਕਹਾ ਮੈਂ ਨ ਅੱਖਾਂ ਸਾਹਮਣੇ ਫਸੀਆਂ ਦੇਖੀਆਂ ਉਹ ਕਹੇ ਅਤਕਤ ਨਹੀਂ ਹੈ ਮੇਰੀ ਦਲੀਲ ਸੀ ਚਲੋ ਅਤਕਤ ਨਹੀਂ ਸੀ ਪਰ ਗਾਰਗੀ ਜਿੰਨੀ ਤਾਂ ਫਿਰ ਵੀ ਨਹੀਂ ਉਸ ਲੇਖ ਚ ਜਿਹੜਾ ਪੈਰਾ ਉਹਨੇ ਸਭ ਤੋਂ ਵੱਧ ਪਸੰਦ ਕੀਤਾ ਉਹ ਜਿੰਦਾ ਡਾਂਸ ਕਰਨ ਵਾਲੀਆਂ ਕੁੜੀਆਂ ਬਾਰੇ ਸੀ ਲਿਖਿਆ ਸੀ ਮੇਲਾ ਵਿਛੜਨ ਤੋਂ ਬਾਅਦ ਮੈਂ ਵੇਖਿਆ ਜਿੰਦਾ ਡਾਂਸ ਕਰਨ ਵਾਲੀਆਂ ਕੁੜੀਆਂ ਸਟੇਸ਼ਨ ਉਤੇ ਰੇਲ ਗੱਡੀ ਉੱਡੀ ਕਰ ਰਹੀਆਂ ਸੀ ਉਹਨਾਂ ਦਾ ਹਾਰ ਸ਼ਿੰਗਾਰ ਲੱਗ ਚੁੱਕਾ ਸੀ ਚਿਹਰੇ ਪੀਲੇ ਪੈ ਚੁੱਕੇ ਸੀ ਅੱਖਾਂ ਉਹਨੇਦਰੀਆਂ ਸੀ ਤੇ ਬੁੱਲਾਂ ਦੀ ਸੁਰਖੀ ਕੁਮਲਾਈ ਹੋਈ ਸੀ ਉਹਨਾਂ ਦੇ ਹਾਰ ਸ਼ਿੰਗਾਰ ਦੀਆਂ ਵਸਤਾਂ ਤੇ ਸਾਜ-ਸਮਾਨ ਦੀਆਂ ਪੋਟਲੀਆਂ ਉਹਨਾਂ ਦੇ ਆਲੇ-ਦੁਆਲੇ ਖਿੰਡੀਆਂ ਪਈਆਂ ਸਨ। ਉੱਥੇ ਉਹਨਾਂ ਨੂੰ ਵੇਖਣ ਵਾਲਾ ਕੋਈ ਨਹੀਂ ਸੀ। ਨਾ ਕਿਸੇ ਦੀ ਛਣਕਦੀ ਹੋਈ ਝਾਂਜਰ ਸੀ, ਨਾ ਕਿਸੇ ਦਾ ਘੁੰਮਦਾ ਹੋਇਆ ਪਰਾਂਦਾ, ਨਾ ਸੁਰਮੇ ਦੀਆਂ ਧਾਰੀਆਂ, ਨਾ ਗੋਰੇ ਬदन ਦੀਆਂ ਝਲਕਾਂ। ਮੇਲੇ ਦੇ ਵਿਛਣ ਨਾਲ ਹੀ ਉਹਨਾਂ ਦਾ ਰੰਗ-ਰੂਪ ਹੀ ਉੱਡ ਗਿਆ ਸੀ। ਹੁਣ ਉਂਗਲਾਉਂਦੀਆਂ ਹੋਈਆਂ ਕਿਸੇ ਹੋਰ ਮੇਲੇ ਤੇ ਜਾਣ ਲਈ ਰੇਲ ਗੱਡੀ ਦੀ ਉਡੀਕ ਕਰ ਰਹੀਆਂ ਸਨ। ਜਿਸਨੇ ਚਿੱਕਾ ਮਾਰਦੀ ਨਹੀਂ ਆਉਣਾ ਸੀ ਤੇ ਚਿੱਕਾ ਮਾਰਦੀ ਨੇ ਚਲੀ ਜਾਣਾ ਸੀ। ਮੇਰਾ ਲੇਖ ਪੜ੍ਹ ਕੇ ਡਾਕਟਰ ਸਾਹਿਬ ਨੇ ਮੈਨੂੰ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਲਿਖੀ ਚੱਲੀ ਤੇਰੀ ਲਿਖਤ ਵਿੱਚ ਰਸ ਹੈ। ਉਨੇ ਦਿਨੀ ਪੰਜਾਬੀ ਸਹਿਤ ਸਭਾ ਦੀ ਹਫਤੇਵਾਰ ਮੀਟਿੰਗ ਕਨਾਟ ਪਲੇਸ ਨੇੜੇ ਗਿਆਨੀ ਹਰੀ ਸਿੰਘ ਦੇ ਘਰ ਹੁੰਦੀ ਸੀ। ਕਦੇ-ਕਦੇ ਉਸ ਵਿੱਚ ਡਾਕਟਰ ਹਰਪ੍ਰਜਨ ਸਿੰਘ ਵੀ ਚਲਾ ਜਾਂਦਾ। ਸਭਾ ਦੀ ਕਾਰਵਾਈ ਇੰਜ ਚੱਲਦੀ ਕਿ ਪਹਿਲਾਂ ਬੀਤੇ ਹਫਤੇ ਹੋਈ ਮੀਟਿੰਗ ਦੀ ਕਾਰਵਾਈ ਪੜ੍ਹੀ ਜਾਂਦੀ ਕਿਸ ਨੇ ਕੀ ਪੜਿਆ। ਸੁਣਾਇਆ ਤੇ ਕਿਸ ਕਿਸ ਨੇ ਕਿਹੋ ਜੀ ਟਿੱਪਣੀ ਕੀਤੀ ਸਭ ਨੂੰ ਸੁਣਾਈ ਜਾਂਦੀ ਤੇ ਕਈ ਵਾਰ ਰਜਿਸਟਰ ਉਤੇ ਕਾਰਵਾਈ ਲਿਖਣ ਦਾ ਮੌਕਾ ਮੈਨੂੰ ਵੀ ਮਿਲਦਾ ਇਸ ਸਭਾ ਨੇ ਜਿਹਦਾ ਮੁਢਲਾ ਪ੍ਰਧਾਨ ਗਿਆਨੀ ਕੁਲਦੀਪ ਸਿੰਘ ਸੀ ਨਵੇਂ ਲੇਖਕਾਂ ਤੇ ਕਵੀਆਂ ਨੂੰ ਪੰਜਾਬੀ ਲਿਖਣ ਲਾਇਆ ਤੇ ਕਈਆਂ ਦੇ ਲਿਖਤ ਸੁਧਾਰੇ ਜਿਸ ਮੀਟਿੰਗ ਵਿੱਚ ਡਾਕਟਰ ਹਰਪਜਨ ਸਿੰਘ ਜਾਂਦਾ ਰੰਗ ਬੰਨ੍ਹ ਦਿੰਦਾ ਤੇ ਆਪਣੀ ਧੰਨ ਧੰਨ ਕਰਾ ਕੇ ਮੁੜਦਾ ਧੰਨਵਾਦ ਚੱਲਦਾ